Centro! ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ। ਮੇਰਾ ਨਾਮ ਅਮਨ ਹੁੰਦਲ। ਮੈਂ ਤੁਹਾਡਾ ਆਪਣਾ ਪ੍ਰਿੰਸ ਕਮਲਜੀਤ ਸਿੰਘ। ਪ੍ਰਿੰਸਾ ਪੰਮਾ ਕਿਵੇਂ ਬਣਿਆ? ਇਹ ਬਣਾਇਆ ਵਾਰਨਿੰਗ। ਤੋ ਸਭ ਤੋਂ ਪਹਿਲਾਂ ਦੱਸਦਾ, 19 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜੀ ਵਾਰਨਿੰਗ, ਸਿਨੇਮਿਆਂ 'ਚ ਮਿਲਾਂਗੇ। ਸੋ ਅੱਜ ਜਿਹੜੀ ਗੱਲਬਾਤ ਹੈ ਉਹ ਦੱਸਾਂਗੇ ਵੀ ਐਕਚੁਅਲੀ ਵਾਰਨਿੰਗ ਸ਼ੁਰੂ ਕਿੱਥੋਂ ਹੋਈ, ਕਿਵੇਂ ਹੋਈ ਅਤੇ ਕਿਉਂ ਹੋਈ। ਮੈਨੂੰ ਯਾਦ ਹੈ ਇੱਕ ਦਿਨ ਮੈਂ ਇੱਕ ਸ਼ੂਟਿੰਗ ਕਰਦਾ ਸੀਗਾ, ਇੱਕ ਸੰਧੂ ਹੁੰਦਾ ਸੀ ਉਸ ਫਿਲਮ ਦੇ ਸੈੱਟ ਦੇ ਉੱਤੇ ਸੀਗੇ, ਵਿਨੋਦ ਬਾਈ ਸਾਰੇ ਜਣੇ ਅਸੀਂ ਇਕੱਠੇ ਹੁੰਦੇ ਸੀ ਉੱਥੇ। ਮੈਂ ਕਿਹਾ ਕੁਛ ਕੀਤਾ ਜਾਵੇ ਬਾਈ, ਵੀ ਸਾਰੇ ਜਣੇ ਅਸੀਂ ਵਿਹਲੇ ਫਿਰਦੇ ਹਾਂ, ਕੁਛ ਕਰ ਲਓ ਕਰ ਲਓ। ਅਤੇ ਵਿਨੋਦ ਬਾਈ ਕਹਿੰਦੇ ਵੀ ਚਲੋ ਚੱਲੀਏ, ਫਿਰ ਨਾਲ ਹਰਦੀਪ ਬਾਈ ਨੂੰ ਲਿਆ, ਗਿੱਪੀ ਬਾਈ ਜੀ ਕੋਲ ਆ ਗਏ ਅਤੇ ਮੈਂ ਵੈਨਿਟੀ ਮੈਨ 'ਚ ਬੈਠਾ ਅਤੇ ਮੇਰੇ ਕੋਲ ਪ੍ਰਿੰਸ ਕਮਲਜੀਤ ਆਇਆ ਅਤੇ ਮੈਂ ਉਹਦੇ ਨਾਲ ਗੱਲ ਕਰਨ ਲੱਗਿਆ। ਮੈਂ ਕਿਹਾ ਯਾਰ ਕੋਈ ਚੀਜ਼ ਡਿਫਰੈਂਟ ਕਰਨੀ ਚਾਹੀਦੀ ਆ, ਕੋਈ ਨਵੀਂ ਚੀਜ਼ ਹੋਵੇ, ਜੇ ਵੋ ਕਰੈਕਟਰ ਕੋਈ ਨਵਾਂ ਹੋਵੇ। ਗੱਲਾਂ ਚੱਲਦੀਆਂ ਚੱਲਦੀਆਂ ਦੇ ਵਿੱਚ ਉਹਦੀਆਂ ਨਾ ਫੋਟੋਆਂ ਦੇਖਣ ਲੱਗ ਗਿਆ, ਉਹਦੇ ਡਰਾਮਿਆਂ ਡਰੂਮਿਆਂ ਦੀਆਂ। ਮੈਨੂੰ ਵੈਸੇ ਗੰਦੀ ਆਦਤ ਆ ਵੀ ਮੈਂ ਕੋਈ ਨਾ ਕੋਈ ਫੋਟੋ ਕਰਾ ਕੇ ਅਤੇ ਉਹ ਰੱਖ ਲੈਂਦਾ ਹੁੰਦਾ ਵੀ ਕਿਤੇ ਪੋਸਟਰ ਬਣਾਵਾਂਗੇ, ਐਂ ਕਰਾਂਗੇ, ਐਂ ਕਰਾਂਗੇ, ਐਂ ਕਰਾਂਗੇ। ਵਿੱਚੋਂ ਇੱਕ ਫੋਟੋ ਨਿਕਲਿਆ ਜੀ ਉਹਦੀ, ਕਹਿੰਦਾ ਜੀ ਮੈਂ ਤਾਂ ਵੈਸੇ ਖਿਚਾਈ ਸੀ, ਉਹ ਅੰਬੈਸਡਰ ਕਾਰ ਦੇ ਨਾਲ ਬੈਠਾ ਸੀ ਥੱਲੇ, ਗਲਾਸ ਫੜੀ ਪੈ ਗਿਆ ਅਤੇ ਨਾਲ ਪਾਰਲੇ ਜੀ ਦੇ ਡਬੋਡ ਵੋ ਬਿਸਕੁਟ ਖਾਣ ਲੱਗਿਆ ਸੀ। ਕਹਿੰਦੇ ਕੌਣ ਹੈ? ਮੈਂ ਕਿਹਾ ਮੈਂ ਉੱਤਰੀ। ਮੈਂ ਕਿਹਾ ਤਾਂ ਕਰੈਕਟਰ ਹੈ ਬਹੁਤ ਵਧੀਆ ਵਾ। ਅੱਛਾ ਉਹ ਮੇਰੇ ਦਿਮਾਗ 'ਚ ਐਸਾ ਫਸਿਆ, ਮੈਂ ਉੱਤਰ ਕੇ ਗਿਆ ਵੈਨ 'ਚੋਂ ਆਪਦਾ ਸੀਨ ਦੇਣ ਦੇ ਲਈ, ਜਦ ਤੱਕ ਮੈਂ ਸੀਨ ਕਰਕੇ ਵਾਪਸ ਮੁੜਿਆ ਉਹ ਕਹਿੰਦੇ ਵੀ ਮੇਰੇ ਕੋਲ ਇੱਕ ਕਹਾਣੀ ਹੈ ਤੁਹਾਨੂੰ ਮੈਂ ਸੁਣਾਉਣਾ, ਆਹ ਥੋਟ ਹੈ। ਮੈਂ ਕਿਹਾ ਯਾਰ ਇੱਕ ਇੱਦਾਂ ਦਾ ਕਰੈਕਟਰ ਹੋਵੇ, ਆਹ ਚੀਜ਼ ਹੋਵੇ। ਉਸੇ ਹੀ ਵੇਲੇ ਮੈਂ ਅਮਰ ਨੂੰ ਫੋਨ ਮਾਰਿਆ ਕਿ ਅਮਰ ਆ ਜਾ, ਅਤੇ ਮੈਂ ਜਿੱਦਾਂ ਹੀ ਸੈੱਟ 'ਤੇ ਆਇਆ ਅਤੇ ਬਾਈ ਨੇ ਨਾ ਮੈਨੂੰ ਇੱਕ ਪੋਸਟਰ ਦਿਖਾਇਆ, ਉਹ 'ਚ ਪ੍ਰਿੰਸ ਬਾਈ ਬੈਠੇ ਹੋਏ ਆ ਅਤੇ ਉਹਨਾਂ ਦੇ ਹੱਥ 'ਚ ਗਲਾਸ ਆ, ਮਤਲਬ ਦਾਰੂ ਦਾ ਬਿਸਕੁਟ ਡਬੋਇਆ ਹੋਇਆ, ਅਤੇ ਕਹਿੰਦੇ ਕਿ ਅਮਰ 20 ਮਿੰਟ ਦੀ ਚੀਜ਼ ਲਿਖੀ ਆ, ਸੁਣ। ਸਾਰਿਆਂ ਨੇ ਸੁਣੀ, ਸਾਰੇ ਕਹਿੰਦੇ ਵੀ ਯਾਰ ਬੰਬ ਚੀਜ਼ ਆ। ਹੁਣ ਮੈਂ ਜਿੱਦਾਂ ਦੀ ਚੀਜ਼ ਬਣਾਉਣਾ ਚਾਹੁੰਦਾ ਸੀ ਅਤੇ ਉਹ ਉਹੀ ਚੀਜ਼ ਸੀ, ਮੈਂ ਜਿੱਦਣ ਸਟੋਰੀ ਸੁਣੀ ਮੈਨੂੰ ਲੱਗਦਾ ਕਿ ਯਾਰ ਮੈਂ ਬੈਸਟ ਬਣਾ ਦਿੱਤਾ। ਬਸ ਫਿਰ ਚੱਲ ਪਿਆ, ਅਗਲੇ ਦਿਨ ਤਾਂ ਅਮਰ ਵੀਰਾ ਸਾਡੇ ਕੋਲ ਉੱਥੇ ਪਹੁੰਚਿਆ ਹੋਇਆ ਸੀਗਾ ਸੰਧੂ ਦੇ ਸੈੱਟ 'ਤੇ। ਪ੍ਰਿੰਸ ਬਾਈ ਕਾਸਟ ਹੋਏ ਭਾਅ ਜੀ, ਆਹ ਨਾ ਹਰਾ ਜਿਹਾ ਰੰਗ ਮੈਨੂੰ ਘੈਂਟ ਲੱਗਦਾ, ਕੁੜਤਾ ਪਵਾਉਣਾ ਤੁਹਾਡੇ ਆਪਾਂ ਨੂੰ ਕਿਹੜੀ ਚੀਜ਼ ਹੈ, ਆਪਾਂ ਐਂ ਕਰਨਾ ਐਂ ਕਰਨਾ ਐਂ ਕਰਨਾ, ਉਦੋਂ ਪੋਸਟਰ ਬਣ ਕੇ ਆ ਗਿਆ। ਠੀਕ ਹੈ, ਪ੍ਰਿੰਸ ਬਾਈ ਨੇ ਬਹੁਤ ਮਿਹਨਤ ਕੀਤੀ, ਪ੍ਰਿੰਸ ਬਾਈ ਦਾ ਰੰਗ ਬਹੁਤ ਹੋਰਾ ਸੀ ਭਾਅ ਜੀ, ਆਪਾਂ ਸਾਬਣ ਸੁਬਣ ਨਾ ਮੂੰਹ ਨਾ ਧੋਈਏ, ਐਂ ਨਾ ਕਰੀਏ, ਜਿਹੜਾ ਹਰ ਬੰਦੇ ਦਾ ਆਪਦਾ ਹਿਸਾਬ ਹੁੰਦਾ, ਐਂ ਕਰ ਸਕਦੇ ਐਂ ਕਰ ਸਕਦੇ। ਮੈਂ ਕਿਹਾ ਗੱਲ ਤਾਂ ਠੀਕ ਹੈ ਬਾਈ, ਮੈਨੂੰ ਕੋਈ ਚੱਕਰ ਨਹੀਂ, ਟੈਨਸ਼ਨ ਨਾ ਲੈ। ਮੈਨੂੰ ਨੇ ਕਿਹਾ ਕਿ ਜਦੋਂ ਬਾਈਕ ਲੈ, ਇੰਨੀ ਗਰਮੀ ਹੁੰਦੀ ਸੰਧੂ ਦੇ ਸ਼ੂਟ 'ਤੇ, ਬਾਈਕ ਲੈ ਕੇ ਨਿਕਲ ਜਾਂਦੇ, ਉਹਨਾਂ ਨੇ ਚੱਕਰ ਮਾਰ ਕੇ 3-4 ਦਿਨ ਬਾਈਕ 'ਤੇ ਚੱਕਰ ਮਾਰੇ, ਫੁੱਲ ਮਤਲਬ ਫੁੱਲ ਰੰਗ ਟੈਨ ਕਰ। ਕਹਿੰਦਾ ਭਾਅ ਜੀ ਕਾਲੇ ਬਹੁਤ ਹੋ ਗਏ। ਮੈਂ ਕਿਹਾ ਵੀਰੇ ਮੈਂ ਕਾਲਾ ਜਾਣ ਕੇ ਹੀ ਹੋਇਆ। ਸਮਝੇ ਤੂੰ ਖੁਦ ਨੂੰ ਪਹਾੜੇ ਹੋਏ ਵੈਲੀਆ, 150 ਦੀ ਗੋਲੀ ਦੀ ਤੂੰ ਮਾਰੇ ਹੋਏ ਵੈਲੀਆ। ਸਾਡੇ ਹੁੰਦੇ ਦਬਕਾ ਜੇ ਪਾ ਗਿਆ ਖਾਲੀ ਖੂੰਜਾ ਦਰਜਾ ਹੈਪੀ ਰਾਏ ਕੋਟੀ ਹੋਣੇ ਤੇਰਾਂ ਨੂੰ ਬੈਲੀ ਕਿਹਨੇ ਰੱਖਣਾ ਕੋਈ ਸਾਡੇ ਹੁੰਦੇ ਦਬਕਾ ਇਸ਼ਾਰਾ ਕੀਤਾ ਲੋਹੇ ਦੀਆਂ
ਛਾਤੀਆਂ ਵੀ ਪਾੜਦਾ ਹੁੰਦੇ ਨੇ ਪਹਾੜ ਜੀ ਦੇ ਹੌਸਲੇ ਓਟਾਂ ਵਗਦਿਆਂ ਪਾਣੀਆਂ ਨੂੰ ਰੋਕ ਦਿੰਦੇ ਆ ਜਿਹੜੇ ਬੰਦੇ ਬੰਦਾ ਖੜਕਾਉਣ ਜਾਣਦੇ ਵਾਰਨਿੰਗਾਂ ਦਿੰਦੇ ਨਹੀਂ ਉਹ ਠੋਕ ਦਿੰਦੇ ਆ ਕੈਮਰਾਮੈਨ ਤੁਹਾਡੇ ਮਨੀਸ਼ ਜੀ ਹੋਣਗੇ ਮੈਂ ਕਿਹਾ ਠੀਕ ਹੈ ਓਕੇ ਜੀ ਠੀਕ ਹੈ ਜੀ ਠੀਕ ਹੈ ਸਾਰਾ ਮਾਹੌਲ ਚੱਲ ਪਿਆ ਅਮਰ ਕਹਿੰਦਾ ਭਾਅ ਜੀ ਘੈਂਟ ਲੱਗਦਾ ਮਾਹੌਲ ਮੈਂ ਕਿਹਾ ਯਾਰ ਤੁਸੀਂ ਐਂ ਕਰੋ ਯੂਟਿਊਬ ਲਈ ਬਣਾਓ 20-22 ਮਿੰਟ ਦਾ ਵੀ ਆਪਾਂ ਦੇਖਦੇ ਹਾਂ ਯੂਟਿਊਬ 'ਤੇ ਕੀ ਰਿਸਪੋਂਸ ਆ ਵੀ ਇਹ ਆਪਾਂ ਵੈਬ ਸੀਰੀਜ਼ ਵਾਂਗੂ ਹੀ ਬਣਾਉਣੀ ਆ ਕੋਈ ਫਿਲਮ ਦਾ ਪਲੈਨ ਨਹੀਂ ਮੈਂ ਕਿ ਚਾਹ ਜਦੋਂ ਮੈਂ ਉਹਨੂੰ ਕਹਿੰਦਾ ਰਿਹਾ ਕਿ ਉਹੀ ਨੇ ਜਿਹੜੇ ਡੋਡਿਆਂ ਨੇ ਜਿਹਨਾਂ ਨੂੰ ਪਹਿਲਾਂ ਡੋਡਿਆਂ ਦੇ ਫੁੱਲ ਸੋਹਣੇ ਲੱਗਦੇ ਸੀ ਚੱਕੀ ਅਤੇ ਆਪਾਂ ਜਿਹਨਾਂ ਨੂੰ ਕਹਿੰਦਾ ਚਿੱਟੇ ਦੀ ਚਿੱਟੇ ਦੀ ਚਿੱਟੇ 'ਤੇ ਲਾ ਤੇ ਜਾਂ ਤਾਂ ਮੈਂ ਚਿੱਟਾ ਦੋਨੋਂ ਨਸ਼ੇ ਲੱਗ ਆ ਬਹੁਤ ਹੈਵੀ ਨਸ਼ਾ ਚਿੱਟਾ ਵਾਰਨਿੰਗ ਦਾ ਸ਼ੂਟ ਸ਼ੁਰੂ ਹੋ ਗਿਆ ਪਹਿਲਾ ਦਿਨ ਪਹਿਲਾ ਸੀਨ ਸੀਗਾ ਫੋਨ 'ਤੇ ਜਦੋਂ ਵਾਰਨਿੰਗ ਦਿੰਦਾ ਜੱਗਾ ਬਾਈ ਜੀ ਬੋਲਦੇ ਆ ਹੁਣ ਮੈਨੂੰ ਕਰੈਕਟਰ ਦੀ ਸਮਝ ਦਾ ਹੋਰ ਮਾਹੌਲ ਸਾਰਾ ਮੇਰੇ ਕੁਛ ਕੁ ਸਵਾਲ ਅੰਦਰ ਸੀਗੇ ਪਹਿਲਾ ਸ਼ੋਟ ਲਿਆ ਮੈਂ ਉੱਠ ਕੇ ਦਵਾ ਦਵ ਮਨੀਟਰ ਦੇ ਕੋਲ ਗਿਆ ਮਨੀਟਰ ਦੇ ਕੋਲ ਜਦੋਂ ਮੈਂ ਗਿਆ ਆਪਦਾ ਸ਼ੋਟ ਦੇਖਣ ਵੀ ਸਹੀ ਹੋਇਆ ਕਿ ਨਹੀਂ ਹੋਇਆ ਮਤਲਬ ਸ਼ੁਰੂਆਤ 'ਚ ਉਹਨਾਂ ਨੂੰ ਇੱਕ ਸ਼ੋਟ ਦਿਖਾਇਆ ਸੀ ਬਾਈ ਕਹਿੰਦਾ ਕਿ ਬਸ ਕਹਿੰਦਾ ਹੁਣ ਮੈਂ ਸਾਰੀ ਫਿਲਮ 'ਚ ਮੋਨੀਟਰ ਨਹੀਂ ਦੇਖਣਾ ਕਹਿੰਦਾ ਕਿ ਹੁਣ ਐਂ ਚੱਲੂਗਾ ਕੰਮ ਔਰ ਮੈਂ ਉਦੋਂ ਬਾਅਦ ਇੰਨੀਆਂ ਫਿਲਮਾਂ ਕਰ ਲਈਆਂ ਮੈਂ ਮੋਨੀਟਰ ਨਹੀਂ ਦੇਖਿਆ ਉਹ ਪਹਿਲਾ ਹੀ ਸ਼ੋਟ ਦੇਖ ਕੇ ਮੇਰੀ ਸੰਤੁਸ਼ਟੀ ਹੋ ਗਈ ਵੀ ਕੈਮਰਾਮੈਨ ਘੈਂਟ ਆ ਡਾਇਰੈਕਟਰ ਉਦੋਂ ਵੀ ਘੈਂਟ ਆ ਚੁੱਪ ਕਰਕੇ ਪ੍ਰਿੰਸੇ ਦੀ ਬਜਾਏ ਪੰਮਾ ਬਣ ਕੇ ਕੰਮ ਕਰਨ ਲੱਗ ਜਾ ਫਿਰ ਸਵਾਦ ਆਊਗਾ ਜ਼ਿਆਦਾ ਸਿਆਣਾ ਨਾ ਬਣ ਹੁਣ ਸਾਰੀ ਫਿਲਮ 'ਚ ਉਹਨਾਂ ਨੇ ਮੋਨੀਟਰ ਨਹੀਂ ਦੇਖਿਆ ਹੁਣ ਫਿਲਮ ਸ਼ੂਟ ਕੀਤੀ ਪਹਿਲਾ ਐਪੀਸੋਡ ਅਸੀਂ ਸ਼ੂਟ ਕੀਤਾ ਜਦੋਂ ਅਸੀਂ ਐਡਿਟ ਕੀਤਾ ਬਾਈ ਨੂੰ ਦਿਖਾਇਆ ਅਤੇ ਗਿੱਪੀ ਬਾਈ ਨੇ ਕਿਹਾ ਕਿ ਬਹੁਤ ਸੋਹਣੀ ਚੀਜ਼ ਬਣੀ ਆ ਹੈਲੋ ਜੱਗਾ ਬਾਈ ਜੀ ਬੋਲਦੇ ਆ ਜੀ ਹਾਂ ਬੋਲ ਰਹੇ ਹਫ਼ਤਾ ਹੀ ਆ ਤੁਹਾਡੇ ਕੋਲ ਬਸ ਹਫ਼ਤਾ ਤਾਂ ਮੈਂ ਉਹੀ ਕਹਿਤਾ ਮਾਰ ਤਾਂ ਤੁਹਾਨੂੰ ਮੈਂ 2-3 ਦਿਨਾਂ 'ਚ ਹੀ ਦੇਣਾ ਤੇ ਮਗਰ ਥਣ ਫਣ ਜਿਹੜਾ ਬੰਦਾ ਰੱਖਦਾ ਏ ਟੱਪ ਠਾਟੀ ਬੋਲਦਾ ਉਹ ਬੰਦਾ ਫੋਨ ਉੱਤੇ ਕੁੱਕ ਨਹੀਂ ਬੋਲਦਾ ਹੁਣ ਦੀ ਸਪੋਰਟ ਵੀਰੇ ਹੁੰਦੇ ਸਾਰੇ ਫੈਸਲੇ ਕੰਮ ਕਦੋਂ ਲੈਣਾ ਕਹਿੰਦੇ ਜਿਗਰੇ ਦੀ ਲੋੜ ਦਾ ਆਉਂਦੇ ਜਦੋਂ ਜੱਟ ਕਦੇ ਆਈ ਤੇ ਹਵਾ ਵਿੱਚ ਝੋਕੇ ਵੀਰੇ ਚੋਕ ਦਿੰਦੇ ਆ ਸਮਝੇ ਤੂੰ ਖੁਦ ਨੂੰ ਪਹਾੜੇ ਹੋਏ ਵਹਿਲੀਆ 150 ਦੀ ਗੋਲੀ ਦੀ ਤੂੰ ਮਾਰੇ ਹੋਏ ਵਹਿਲੀ ਪਹਿਲੇ ਦੀ ਕਾਸਟਿੰਗ ਤੇ ਚੀਜ਼ਾਂ ਤਾਂ ਫਟਾਫਟ ਹੀ ਹੋ ਗਈਆਂ ਵੀ ਅਮਰ ਨੇ ਡਾਇਰੈਕਟ ਕਰਨਾ ਵਾ ਪ੍ਰਿੰਸ ਕਮਲਜੀਤ ਨੇ ਆਹ ਰੋਲ ਕਰਨਾ ਵਾ ਹਨੀ ਮੇਰੇ ਨਾਲ ਹਨੀ ਮੱਟੂ ਜਿਹਨੇ ਚਮਚੇ ਮਾਰੇ ਸੀ ਉਹ ਉੱਥੇ ਹੀ ਸੀਗਾ ਸੈੱਟ ਦੇ ਉੱਤੇ ਅਤੇ ਮੈਨੂੰ ਲੱਗਿਆ ਮੈਂ ਕਿਹਾ ਯਾਰ ਇਹ ਬੰਦਾ ਮਾਰ ਸਕਦਾ ਮੈਂ ਕਿਹਾ ਯਾਰ ਇਹ ਬੰਦਾ ਲੱਗਦਾ ਨਹੀਂ ਗਾ ਵੀ ਮਾਰੂਗਾ ਅਤੇ ਜਦੋਂ ਇਹ ਮਾਰੂ ਇੰਪੈਕਟ ਆਊਗਾ ਅਮਰ ਵੀਰਾ ਧੀਰਜ ਵੀਰਾ ਮਨੀਸ਼ ਜੀ ਸਾਰੀ ਟੀਮ ਡਾਇਰੈਕਸ਼ਨ ਟੀਮ ਪ੍ਰੋਡਕਸ਼ਨ ਟੀਮ ਹੌਲੀ ਹੌਲੀ ਕਰਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਔਰ ਸਾਰਿਆਂ ਦੇ ਇੱਕ ਮੈਨੂੰ ਲੱਗਦਾ ਧੀਰੇ ਨੂੰ ਛੱਡ ਕੇ ਧੀਰਜ ਨੂੰ ਛੱਡ ਕੇ ਸਾਰਿਆਂ ਦੇ ਪਹਿਲੇ ਪ੍ਰੋਜੈਕਟ ਸੀ ਇਸ ਕਿਸਮ ਦੇ ਉਹ ਪਹਿਲਾਂ ਬਤੌਰ ਹੀਰੋ ਕੰਮ ਕਰ ਚੁੱਕਿਆ ਸੀ
ਸਮਝ ਨਹੀਂ ਆਉਂਦੀ ਕਦ ਹੋਇਆ ਤੂੰ ਤਾਂ ਹੁਣ ਸ਼ੂਟ ਕਰਨੀ ਤੇ ਮੈਨੂੰ ਹੁਣ ਮੈਨੂੰ ਇੱਕ ਸੀਨ ਦਾ ਮੈਨੂੰ ਸੀਨ ਯਾਦ ਆ ਕਿ ਜਿਹੜਾ ਸ਼ੂਟ ਕੀਤਾ ਜਦੋਂ ਟ੍ਰੇਨ ਲੰਘ ਰਹੀ ਹੈ ਜਦੋਂ ਪਹਿਲੀ ਵਾਰ ਜੱਗੇ ਨੂੰ ਮਾਰਨਾ ਅਤੇ ਮੈਨੂੰ ਇਹ ਸੀ ਕਿ ਮੇਰੀ ਅਗਰ ਇਹੀ ਉਹ ਟ੍ਰੇਨ ਲੰਘਦੀ ਹੋਵੇ ਅਤੇ ਉੱਥੇ ਹੀ ਸ਼ੂਟ ਕਰੀਏ ਲਾਈਵ ਅਤੇ ਜਦੋਂ ਇਹ ਤਾਂ ਸ਼ੂਟ ਕਰਨਾ ਸੀ ਅਤੇ ਪੂਰੇ ਅਸੀਂ ਪਲੈਨ ਜਦੋਂ ਬਣਾਇਆ ਤਾਂ ਪੂਰੇ ਦਿਨ 'ਚ ਇੱਕ ਵਾਰ ਟ੍ਰੇਨ ਲੰਘਣੀ ਸੀ ਦੂਜੀ ਵਾਰ ਟ੍ਰੇਨ ਹੀ ਲੰਘਣੀ ਅਤੇ ਉਹ ਸ਼ੂਟ ਕਰਨਾ ਨੈਚੁਰਲੀ ਅਤੇ ਅਸੀਂ ਇੱਕੋ ਹੀ ਦਿਨ ਸ਼ੂਟ ਕਰ ਸਕਦੇ ਹਾਂ ਕਿ ਆਪਣਾ ਕੁਛ ਜਿੱਦਾਂ ਦਾ ਬਜਟ ਸੀ ਜੇ ਚੀਜ਼ਾਂ ਸੀ ਪਰ ਸਾਰੇ ਕਹਿੰਦੇ ਕਿ ਆਪਾਂ ਰਿਸਕ ਕੰਮ ਆ ਜੇ ਨਾ ਹੋਇਆ ਫਿਰ ਮੈਂ ਕੋਈ ਚੱਕਰ ਨਹੀਂ ਦੇਖੀ ਜਾਊਗੀ ਜੇ ਹੋਊਗਾ ਠੀਕ ਹੈ ਨਹੀਂ ਤਾਂ ਫਿਰ ਬਾਬੇ ਦਾ ਅਸੀਂ ਬਾਬੇ ਦਾ ਨਾਂ ਲੈ ਕੇ ਬਈ ਚੱਲ ਗਏ ਅਸੀਂ ਜਿੱਦਾਂ ਉਹ ਸ਼ੂਟ ਕਰਨਾ ਸੀ ਇੱਕ ਦਿਨ 'ਚ ਹੀ ਟ੍ਰੇਨ ਲੰਘਣੀ ਪੂਰਾ ਐਡਜਸਟਮੈਂਟ ਕੀਤੀ ਮਨੀਸ਼ ਭਾਅ ਜੀ ਨੇ ਉਹਨੂੰ ਇਸ ਤਰੀਕੇ ਨਾਲ ਫਿਲਮਾਇਆ ਸੀਨ ਨੂੰ ਬਹੁਤ ਵਧੀਆ ਕਿ ਮਤਲਬ ਮਨੀਸ਼ ਭਾਅ ਜੀ ਦੀ ਵੀ ਬਹੁਤ ਜ਼ਿਆਦੀਆਂ ਇਨਪੁੱਟ ਸੀ ਫਿਲਮ ਦੇ ਵਿੱਚ ਛੋਟੀ ਛੋਟੀਆਂ ਚੀਜ਼ਾਂ ਅਤੇ ਉਹ ਚੀਜ਼ਾਂ ਦੇ ਮੈਨੂੰ ਬੜੇ ਲੋਕਾਂ ਨੇ ਫੋਨ ਕਰਕੇ ਆਪਦੇ ਦੁੱਖ ਪ੍ਰਗਟ ਕੀਤੇ ਯਾਰ ਪੰਮਾ ਕਾਹਨੂੰ ਮਾਰਤਾ ਤੁਸੀਂ ਪੰਮਾ ਨਹੀਂ ਸੀ ਮਾਰਨਾ ਉਹ ਮੈਂ ਕਿਹਾ ਯਾਰ ਅਸੀਂ ਅੱਗੇ ਵੀ ਲਿਖਿਆ ਹੋਇਆ ਵਾ ਵੀ ਹਲੇ ਤੁਸੀਂ ਅੱਗੇ ਆਊਗਾ ਜਦੋਂ ਮੈਨੂੰ ਪੜ੍ਹਨ ਨੂੰ ਮਿਲੇ ਵੀ ਪੰਮਾ ਮਰ ਗਿਆ ਪੰਮਾ ਜਿਉਂਦਾ ਕਰੋ ਐਂ ਕਰੋ ਐਂ ਕਰੋ ਫਿਰ ਫੋਨ ਬਾਈ ਕਹਿੰਦੇ ਵੀ ਬਈ ਪੰਮਾ ਦੁਬਾਰਾ ਜਿਉਂਦਾ ਕਰਦੇ ਹਾਂ ਆਪਾਂ ਪੰਮਾ ਫਿਰ ਜਿਉਂਦਾ ਹੋ ਗਿਆ ਸੋ ਵਾਰਨਿੰਗ ਦਾ ਜੀ ਪਹਿਲਾ ਐਪੀਸੋਡ ਜਦੋਂ ਰਿਲੀਜ਼ ਹੋਇਆ ਤਾਂ ਉਸ ਤੋਂ ਬਾਅਦ ਸਾਨੂੰ ਤਾਂ ਲੋਕਾਂ ਨੇ ਜਾਣ ਖਾਲੀ ਕਹਿੰਦੇ ਫਟਾਫਟ ਦੂਜਾ ਕਦੋਂ ਆ ਰਿਹਾ ਜੀ ਦੂਜਾ ਕਦੋਂ ਆ ਰਿਹਾ ਅਸੀਂ ਹਲੇ ਦੂਜਾ ਲਿਖਿਆ ਵੀ ਨਹੀਂ ਸੀ ਅਤੇ ਵੀਰੇ ਨਾਲ ਮੇਰੀ ਫੋਨ 'ਤੇ ਗੱਲ ਹੋਈ ਅਤੇ ਮੈਂ ਕਿਹਾ ਵੀਰੇ ਵੀ ਮਿਲਣਾ ਸੀ ਵੀਰਾ ਕਹਿੰਦਾ ਕਿ ਆ ਜਾਓ ਆਫਿਸ ਮੈਨੂੰ ਯਾਦ ਆ ਦੂਜਾ ਵੀ ਬਹੁਤ ਕਾਹਲੀ 'ਚ ਲਿਖਿਆ ਫਟਾਫਟ ਲਿਖਿਆ ਅਤੇ ਅਸੀਂ ਸੋਚਿਆ ਵੀ ਯਾਰ ਦੂਜੇ ਨੂੰ ਹੁਣ ਜਦੋਂ ਬਣਾਉਣਾ ਇਹ ਕਿਸ ਤਰੀਕੇ ਦਾ ਲਿਖਿਆ ਜਾਵੇ ਕੌਣ ਕਾਸਟ ਕੀਤਾ ਜਾਵੇ ਉੱਦਾਂ ਹੀ ਧੀਰਜ ਬਾਈ ਐਂਟਰ ਹੋਏ ਕਾਸਟਿੰਗ ਚੱਲ ਰਹੀ ਸੀ ਵਾਰਨਿੰਗ ਦੀ ਅਤੇ ਲਗਭਗ ਸਾਰੇ ਕਰੈਕਟਰ ਕਾਸਟ ਹੋ ਚੁੱਕੇ ਸੀ ਸਿਰਫ ਇੱਕ ਕਰੈਕਟਰ ਬਚਿਆ ਸੀ ਉਹ ਸੀ ਛਿੰਦਾ ਸੈਕਿੰਡ ਵਾਲੇ ਵੇਲੇ ਸਾਨੂੰ ਪ੍ਰੋਬਲਮ ਆਈ ਕਿਉਂਕਿ ਜਿਹੜਾ ਕਰੈਕਟਰ ਸੀ ਛਿੰਦਾ ਜਦੋਂ ਉਹਦੀ ਕਾਸਟਿੰਗ ਕਰਨੀ ਸੀ ਅਸੀਂ ਬੜੇ ਕਨਫਿਊਜ਼ ਕਿ ਯਾਰ ਕਿਹਨੂੰ ਕਾਸਟ ਕੀਤਾ ਜਾਵੇ ਕਦੇ ਕਿਸੇ ਬਾਰੇ ਸੋਚੀਏ ਕਦੇ ਕਿਸੇ ਬਾਰੇ ਸੋਚੀਏ ਬਹਿਸ ਵਸਈਆ ਹੋਇਆ ਬੜਾ ਕੁਛ ਇੱਕ ਦੋ ਆਰਟਿਸਟਾਂ ਨੂੰ ਅਪਰੋਚ ਕੀਤਾ ਉਹ ਆਰਟਿਸਟ ਕਹਿੰਦੇ ਵੀ ਇੱਕ ਆਰਟਿਸਟ ਨੇ ਸਾਨੂੰ ਕਿਹਾ ਕਹਿੰਦਾ ਨਹੀਂ ਯਾਰ ਕਹਿੰਦਾ ਵੀ ਮੈਂ ਵੈਬ ਸੀਰੀ ਨਹੀਂ ਕਰਨੀ ਮੈਂ ਕਹਿੰਦਾ ਇਹ ਵੈਬ ਸੀਰੀ ਵਾਲਾ ਕੰਮ ਨਹੀਂ ਕਰਨਾ ਅੱਛਾ ਮੈਨੂੰ ਬੜਾ ਐਂ ਲੱਗਿਆ ਮੈਂ ਕਿਹਾ ਯਾਰ ਆਰਟਿਸਟ ਇੱਦਾਂ ਕਿਵੇਂ ਕਹਿ ਸਕਦਾ ਵੈਬ ਸੀਰੀ ਟੀ ਵੀ ਮੈਨੂੰ ਕੋਈ ਕਹੇ ਵੈਬ ਸੀਰੀ ਕਰਨੀ ਆ ਮੈਂ ਮਿੰਟ 'ਚ ਹੀ ਕਰਨਾ ਮੈਨੂੰ ਕੋਈ ਵਧੀਆ ਮੈਨੂੰ ਕੋਈ ਕਹੇ ਟੀ ਵੀ ਕਰਨਾ ਵਧੀਆ ਹੋਊ ਮੈਂ ਟੀ ਵੀ ਕਰੂੰ ਮਤਲਬ ਕੋਈ ਵੀ ਚੀਜ਼ ਹੈ ਐਕਟਰ ਦਾ ਧਰਮ ਹੈ ਐਕਟਿੰਗ ਕਰਨੀ ਉਹ ਕਿਸੇ ਵੀ ਫੋਰਮੈਟ 'ਤੇ ਹੋ ਸਕਦੀ ਆ ਅਤੇ ਕਰਦੇ ਕਰਾਉਂਦੇ ਜੀ ਧੀਰਜ ਦਾ ਨਾਂ ਆ ਗਿਆ ਅਤੇ ਧੀਰਜ ਬਾਈ ਸਾਹਮਣੇ ਬੈਠੇ ਹੋਏ ਸੀ ਅਤੇ ਗਿੱਪੀ ਬਾਈ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਕਿਹਾ ਸਹੀ ਆ ਤਾਂ ਗਿੱਪੀ ਵੀਰੇ ਨੇ ਮੇਰੇ ਵੱਲ ਦੇਖਿਆ ਕਹਿੰਦੇ ਕਿ ਇੱਕ ਅਸੀਂ ਵੈਬ ਸੀਰੀਜ਼ ਬਣਾ ਰਹੇ ਹਾਂ ਤੂੰ ਕਰੈਕਟਰ ਕਰੇਂਗਾ ਸਟੋਰੀ ਸੁਣ ਲਾ ਮੈਂ ਕਿਹਾ ਜੀ ਕੋਈ ਨਾ ਸਟੋਰੀ ਸੁਣ ਲੈਂਦੇ ਹਾਂ ਜਦੋਂ ਸਟੋਰੀ ਸੁਣਾ ਰਿਹਾ ਸੀ ਤਾਂ ਮੈਨੂੰ ਸੀ ਕਿ ਕੋਈ ਮਤਲਬ ਇੰਨਾ ਸਟਰੋਂਗ ਕਰੈਕਟਰ ਥੋੜ੍ਹਾ ਜਿਹਾ ਨੈਗੇਟਿਵ ਸ਼ੇਡ ਔਰ ਪੂਰਾ ਬਰੂਟਲ ਜਿਹਾ ਹੋਏ ਤਾਂ ਉਹ ਮੇਰਾ ਇੱਕ ਡ੍ਰੀਮ ਸੀ ਕਿ ਉਦਾਂ ਦਾ ਕਰੈਕਟਰ ਜਦੋਂ ਸਟੋਰੀ ਸੁਣੀ ਤਾਂ ਮੈਨੂੰ ਉਹ ਕਰੈਕਟਰ ਬਹੁਤ ਮਤਲਬ ਉੱਦਾਂ ਦਾ ਲੱਗਿਆ ਜਿੱਦਾਂ ਦਾ ਮੈਂ ਕਰਨਾ ਚਾਹੁੰਦਾ ਸੀ ਮਤਲਬ ਐਡਾ ਤਕੜਾ ਕਰੈਕਟਰ ਆ ਫਸਟ ਐਪੀਸੋਡ ਇੰਨਾ ਹਿੱਟ ਗਿਆ ਵਾ ਬਾਈ ਦੀ ਲੁੱਕ ਸੋਫਟ ਆ ਜੀ ਸੋਫਟ ਬਣਾਇਆ ਫਿਰ ਅਤੇ ਹੁਣ ਜਦੋਂ ਆਪਾਂ ਕਹਿੰਦੇ ਨੂੰ ਕਈ ਜਣਿਆਂ ਦੀ ਗੱਲਾਂ ਸਾਰਿਆਂ ਨੇ ਗੱਲਾਂ ਕਰਨ ਲੱਗ ਪੈਣ ਤਾਂ ਤੁਹਾਡੇ ਮਨ 'ਚ ਆ ਜਾਂਦੀ ਹੁੰਦੀ ਅਤੇ ਮੈਂ ਬਾਈ ਨਾਲ ਡਿਸਕਸ ਕੀਤੀ ਅੱਛਾ ਅਮਰ ਕਹਿੰਦਾ ਵੀ ਮੈਂ ਬਹੁਤ ਸੈਟਿੰਗਾਂ ਕੀਤੀਆਂ ਜੀ ਕਹਿੰਦਾ ਭਾਅ ਜੀ ਵੀ ਲੁੱਕ ਬੜੀ ਘੈਂਟ ਆਉਂਦੀ ਆ ਆਪਾਂ ਇੱਕ ਵਾਰੀ ਟੈਸਟ ਕਰਕੇ ਦੇਖੀਏ ਮੈਂ ਕਿਹਾ ਰੈਂ ਟੈਸਟ ਕਰਕੇ ਕਿ ਆਪਾਂ ਚੰਗੇ ਲੱਗਦੇ ਹਾਂ ਟੈਸਟ ਕਰਨਾ ਤੈਨੂੰ ਕੌਨਫੀਡੈਂਸ ਆ ਤੂੰ ਡਾਇਰੈਕਟਰ ਆ ਮੈਂ ਕਿਹਾ ਹਾਂ ਮੈਨੂੰ ਲੱਗਦਾ ਕਿ ਮੈਂ ਕਰਾਂ ਕਹਿੰਦਾ ਬਸ ਫਿਰ ਠੀਕ ਆ ਜਿਵੇਂ ਕਿ ਲਓ ਬਾਬੇ ਦਾ ਨਾਮ ਚੱਕ ਦੇ ਫਿਰ ਉਸ ਦਿਨ ਉੱਥੇ ਹੋਣਾ ਮੇਰਾ ਇੱਕ ਕੁਦਰਤ ਹੁੰਦੀ ਆ ਜੋ ਤੁਹਾਨੂੰ ਉੱਥੇ ਲੈ ਕੇ ਜਾਂਦੀ ਹੈ ਤਾਂ ਉਹ ਸਭ ਮਤਲਬ ਉਸ ਕੁਦਰਤ ਨੇ ਲਿਖਿਆ ਹੋਇਆ ਸੀ ਉਹ ਕਿਰਦਾਰ ਮੇਰੀ ਚੋਲੀ ਚੌੜ ਉਸ ਤੋਂ ਬਾਅਦ ਫਿਰ ਕਿੰਨਾ ਕੁਛ ਮਤਲਬ ਉਸ ਕਿਰਦਾਰ ਨੇ ਮੈਨੂੰ ਦਿੱਤਾ ਕਿੰਨਾ ਕੁਛ ਉਹ ਅੱਜ ਤੁਹਾਡੇ ਸਾਹਮਣੇ ਮੈਨੂੰ
ਪੂਰਾ ਹਾਈ ਸਪੀਡ ਤੋਂ ਸਾਈਡ ਤੇ ਨਿਕਲਣਾ ਤਾਂ ਅਲੇ ਪਰ ਕੋਈ ਸਾਈਡ ਤੋਂ ਨਿਕਲਣਾ ਨਹੀਂ ਆਣੇ ਤੇ ਤਾਂ ਤਾਂ ਕਦਰ ਦੇਖਿਆ ਫਿਰ ਜਾਨ ਪੂਰਾ ਟੈਂਕ ਖੋਲ ਪੂਰਾ ਇਹਨੂੰ ਮਾਰਿਆ ਪੂਰਾ ਗਿਰ ਤੁਹਾਨੂੰ ਲੱਗਦਾ ਇਹ ਤੁਹਾਨੂੰ ਲੱਗਦਾ ਕਿ ਸਾਰਾ ਇਹਨੇ ਮਾਰਿਆ ਔਰ ਨਹੀਂ ਸਭ ਤੋਂ ਪਹਿਲੇ ਤੋਂ ਤੇਰਾ ਕਾਚੀ ਉਬਾਲੇ ਖੂਨ ਮਾਰਦਾ तो वार्निंग साडा वो बच्चा निकलिया जी कई बार आप सोच लें पहले ही सोच लें आप डीसी बना आप डाक्टर बना असी सोच लिया भी असी वैबसीरी बनाने वो बच्चा जदों पैदा होया जदों निकलिया उन्हें आपका करियर फड़िया वो कहना मैं वैबसीरी नहीं मैं फिल्म सो उन्हें आपके हक नाल लड़ के फिल्म बन के वह निकलिया जी मैं आशीष दुग्गल वार्निंग की शूटिंग कर रहे हैं जी जरूर वेखना एक डिफरेंट अलग बढ़िया सिनेमा तुम देखने को मिलेगा तुम इंजॉय करोगे क्योंकि असं खुद काम करते बड़ा इंजॉय कर रहे हैं तो बड़ा मज़ा आ रहा है सारे एक्टर बहुत वधिया है कॉन्सैप्ट इज़ वेरी गुड तो बाकी प्रोडक्शन हाउस तुम्हें पता है अमर मोशन पिक्चर बड़ा प्रोडक्शन हाउस है चंगा ही काम होगा तो फिर देखो ਸਤਿਕਾਲ ਜੀ मैं थोड़ा अपना निमाणा जहा कलाकार राणा जंगबाद अज मैं अंबल मोशन पिक्चर की बन रही है वार्निंग सैट से बैठा ये पहले दिन मैं शूटिंग कर रहा बहुत अच्छा काम हो रहा है बहुत अच्छा लग रहा सैट के उत्ते बहुत अच्छा मज़ा आ रहा जिस तरह बाकी पंजाब दे विच अच्छे काम हो रहे हैं अच्छे सीरियल बन रही ने अच्छी फिल्म बन रही ने तुसी देखोगे तुम बहुत आनंद आएगा लिखण तो बाद सारे रोल लिखे गए तो बिच एक रोल लिखा गया गेजे का तो जदों सारिया चीज़ा हो गई और मैं तो रोल रैंडम लिखा सी तो मैनू अमर आके कहिंदा वी भाजी तुसी करो ये रोल मैनू लगता कि ये करैक्टर थोड़े तो बहुत सूट करूंगा भाई कहते यार नैगेटिव करैक्टर हाँ बड़ा ही कहना वो कहना जी तुम तो यही गल कहने होंगे हो भी एक्टर का धर्म है एक्टिंग करनी भी फिर नैगेटिव की तो पॉजिटिव की तो मैं कोई चक्कर नहीं वधिया लगूगा भाई मैं यार गल तो ठीक है जिन्हें करना वा जो कोई होर भी करूँगा वो कड़ा असल च आप नैगेटिव बंदा लभ के लियावे भी यह मर्डर करता फिर इन्हें कोई पुठे काम किए ने बंदा तो एक्टर ही है मैं क्या जी मैं करना भाई लुक आपां नूं आ चाहिए आ रोल दे लई इन्नी ज़्यादा एफर्ट की गई मतलब मैं सच्ची ये कहना यही कहा कि अमर साडा घर का मुंडा जां साडी अपनी फिल्म है अज तक मेरे रोल ते इन्नी एफर्ट नहीं की गई कि मतलब छोटे छोटे वाल हो जिदा की मैं लुक सोची है कि छोटे वाल हो इदा ये आ चीज़ लुक चाहिए जबकि मेरा रोल उड़ा बड़ा रोल नहीं सीगा जिड्डी मेरी लेंथ सी उन्ना ही पावरफुल इंपैक्ट प्रजेंट किया गया आ लुक बनाई गई मतलब मैं ये बाई की प्रेज करदा कि पूरे मेरे उदो मेरे बड़े लंबे लंबे बाल सीगे बड़े बड़े बाल सी बाई ने अगले दिन ही ऑलमोस्ट मेरी टेंट कढ़ाती गई मैंने फोटो भेजती एडे बाल करा के फिर असं उन्होंने किन्ने दिन मतलब उन्होंने कोस्ट्यूम तो कोस्ट्यूम किदा की होगी तुम देखोगे तो आ कना कुना च पाया उन्होंने छोटे छोटे ब्लेड भी लाए आ छोटी हर एक चीज़ डिटेलिंग के काम किया अड़क बढ़ टुक की मेरी कि कट कितने होवे की चीज़ होवे की सो सारिया चीज़ा डिजाइन की गई और जिड़िया डेफिनेटली तो स्क्रीन के उत्ते बहुत सोहनिया लगनगियाँ एक लास्ट करैक्टर आ उत्थे फिल्म बंद होनी है तो ऊँ भी फिल्म च बड़ा औखा सी मैं लंगड़ा के तुरदा वा लत्त की भी प्रॉब्लम आ फिल्म कि इंपैक्ट होना चाहिए कि अं सू पता कि टू तो छड़ रहे हैं सैकेंड तो फिल्म छड़ रहे हैं तो उस करैक्टर का इन्ना क ज़्यादा इंपैक्ट होना चाहिए कि लोग कहन कि हाँ यार तू देखनी देखनी है हूँ जो तुम फिल्म देखोगे तो थोनू मैं थोड़ू इन्नी गरंटी देना कि तुम सैकेंड वास्ते मजबूर होवोगे कि हाँ यार हम सैकेंड पार्ट छेती छेती बना के सानू दो सो पहला एक ऐसा प्रोजेक्ट सीगा
जिदी सानू सब तो जो छोटा प्रोजेक्ट से अंबल का और जिंद सब तो वध एप्रीसीएशन मिली। एक चीज़ मैं होर कहना, हो सकता हाले फिल्म सेंसर नहीं हुई जिस दिन असी ये बैठ के इंटरव्यू कर रहे हैं, हो सकता फिल्म ए सर्टिफिकेट हो यूए हो जड़ा भी हो। बस ये कि थोड़ी बहुत कट वट हैगी है, पर इस तो ज़्यादा कुछ नहीं। थोड़ा फिल्म तुम फैमिली ना देख सकते तो थोड़ा ए लगे कि यार ये सानू की दिखाता पंजाबी। नो, हिंदी सिनेमे के अकॉर्डिंग ज हॉलीवुड जो देखते हो या हिंदी जोड़ा देखते हो वो मुताबिक ये 0% यह जी चीज़ा ने। तो ये बिल्कुल भी कोई वलगर चीज़ नहीं हैगी ना वलगर गल हैगी। जड़िया चीज़ा यूज़ कीतिया गई हुई वो हेल्पिंग वर्ब वगू उ यूज़ कीतिया गई जिते बहुत रिक्वायर्ड थी, पर थोनों वो कन्ना चुभन गई नहीं। आम जगह चीज़ा आप देखते हैं तो वो नजायज़ ही गाना नजायज़ ही गंद वलगैरिटी या कोई विजुअल यह जहाँ नहीं है कि जोड़ा कोई बड़ा निगेज वाला कोई विजुअल हो। सो इस तरह की कोई गल नहीं, तुसी देख सकते हो एन खुले दिल नाल जाके बिना टेंशन तो। ये मेरा प्रोमिस है तुहानू घेंट फिल्म बनी और थोनू घेंट लगेगी। रेडी हो जाओ तो मैं उम्मीद है कि थोनू फिल्म बहुत पसंद आऊगी। एक चंगी फिल्म बनाने वास्ते मैं ये लगता है कि थोड़ी टीम बहुत मैटर करती है, तो ये मतलब मैं फिल्म एक टीम ने बनाई है। मतलब जे मेरा नाम डायरेक्टर जा रहा है फिल्म, यह मतलब यह नहीं कि फिल्म मैं बनाई है। हर एक बंदे ने अपना 100% दिता, तो सारे 100% नाल ही वार्निंग बनी है। सो मिलते हैं जी 19 नवंबर वार्निंग के नाल सिनेमिया दे विच फट्टे चक देंगे।